ਤੇ ਹੁਣ ਅਸੀਂ ਰਸਤੇ ਹੀ ਰੁਕੇ ਸੀ ਤੇ ਤੁਸੀਂ ਹਾਲਤ ਮਾੜੀ ਚੈੱਕ ਕਰੋ, ਆਹ ਦੇਖੋ ਪਹਿਲਾਂ ਮੇਰਾ ਸਾਰਾ ਹਾਲ, ਤੇ ਆਹ ਦੇਖੋ ਇੱਧਰ ਦੇਖੋ, ਆਹ ਦੇਖੋ ਬੂਟ। ਹੁਣ ਜੀ ਅਸੀਂ ਪਹੁੰਚ ਗਏ ਨਵਾਂ ਸ਼ਹਿਰ ਤੇ ਲਿਟਰਲੀ ਖੱਡੀਆਂ ਖੜੀ ਹੋਈ ਪਈ ਹੈ, ਇੰਨੀ ਜ਼ਿਆਦਾ ਠੰਡ ਲੱਗ ਰਹੀ ਹੈ ਕਿਉਂਕਿ ਭਿੱਜੇ ਪਏ ਆ, ਬੁਰਾ ਹਾਲ ਹੈ। ਬਾਹਰ ਹੋਈ ਪਈ, ਜੇ ਮੈਂ ਬੈਠਦਾ ਤਾਂ ਠੰਡ ਲੱਗਦੀ ਹੈ, ਹਵਾ ਚੱਲਦੀ ਹੈ ਨਾ, ਅਤੇ ਜੇ ਹੁਣ ਮੈਂ ਤੁਰਕਦਾ ਠੰਡ ਨਹੀਂ ਲੱਗਦੀ, ਬੜੀ ਥਕਾਵਟ ਹੁੰਦੀ ਹੈ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੋਗ ਦੇ ਵਿੱਚ। ਅਤੇ ਹੁਣ ਸਵੇਰ ਦੇ ਵੱਜੇ ਨੇ 6:45, ਅਤੇ ਆਪਾਂ ਪੀ ਰਹੇ ਚਾਹ ਕਿਉਂਕਿ ਆਪਾਂ ਜਾ ਰਹੇ ਹਾਂ ਮਨਪ੍ਰੀਤ ਨੂੰ ਪੇਪਰ ਦਵਾਉਣ ਲਈ, ਠੀਕ ਹੈ ਜੀ। ਅਤੇ ਹੁਣ ਜਾਣਾ ਆਪਾਂ ਕਹਿੰਦੇ ਤੇ ਹੈ ਘੋੜੇ 'ਤੇ, ਠੀਕ ਹੈ, 2 ਟੈਰਾਂ ਵਾਲਾ ਘੋੜਾ, ਠੀਕ ਹੈ, ਉੱਤੇ ਜਾਣਾ ਆਪਾਂ ਟੁਕੜ ਟੁਕੜ ਕਰਦੇ, ਡਰੂਨ ਡਰੂਨ ਕਰਦੇ, ਠੀਕ ਹੈ। ਭਾਬੀ ਕਿੱਦਾਂ ਕਿੱਦਾਂ ਕਰਦੇ ਜਿੱਦਾਂ ਦਾ ਵੀ ਥੋੜਾ ਜਿਹਾ ਵਧੀਆ ਰਹੇਗਾ ਮੈਨੂੰ ਪਤਾ, ਤੇ ਆਪਾਂ ਤੁਹਾਨੂੰ ਨਾਲ ਨਾਲ ਦਿਖਾਵਾਂਗੇ, ਠੀਕ ਹੈ। ਤੇ ਹੁਣ ਚਾਹ ਪੀ ਲਈਏ ਤੇ ਫਟਾਫਟ ਨਿਕਲੀਏ ਕਿਉਂਕਿ ਪੇਪਰ ਹੈਗਾ 8:30 ਤੇ ਪ੍ਰੈਕਟੀਕਲ ਹੈ, ਹੈ ਨਾ, ਪ੍ਰੈਕਟੀਕਲ ਹੈ 8:30, ਠੀਕ ਹੈ, ਚੱਲਦੇ। ਅਤੇ ਹੁਣ ਨਿਕਲ ਚੁੱਕੇ ਹਾਂ ਜੀ, ਅਤੇ ਤੁਸੀਂ ਦੇਖ ਸਕਦੇ ਹੋ ਵੀ ਦੁਕਾਨਾਂ ਦੁਕਾਨਾਂ ਸਾਰੀਆਂ ਬੰਦ ਹੈ, ਅਤੇ ਹਨੇਰਾ ਜਿਹਾ ਥੋੜ੍ਹਾ ਥੋੜ੍ਹਾ ਛਾਇਆ ਹੋਇਆ, ਧੁੰਦ ਜਿਹੀ ਛਾਈ ਹੋਈ ਹੈ, ਬਾਕੀ ਅੱਗੇ ਜਾ ਕੇ ਮਰ ਵੀ ਠੰਡ ਨਾ ਹੋਵੇ ਬਸ, ਹੈ ਨਾ। ਬਾਕੀ ਦੁਕਾਨਾਂ ਦੁਕਾਨਾਂ ਹਾਲੇ ਬੰਦ ਹੈ, ਅਤੇ ਟਾਈਮ ਮੇਰੇ ਖਿਆਲ ਨਾਲ 7:15 ਹੋ ਗਏ ਹੋਣੇ ਆ, ਹੈ ਨਾ। ਅਤੇ ਆਹ ਦੇਖੋ ਜੀ, ਮਤਲਬ ਹੱਦ ਤੋਂ ਜ਼ਿਆਦਾ ਧੁੰਦ, ਅੱਜ ਦਾ ਮਤਲਬ ਮੌਸਮ ਦਾ ਸਾਡੇ ਨਾਲ ਵੈਰ ਹੀ ਹੈ, ਫਰਵਰੀ ਦਾ ਅੱਧਾ ਮਹੀਨਾ ਲੰਘ ਚੁੱਕਾ, ਪਰ ਧੁੰਦ ਦੇਖ ਲਓ ਤੁਸੀਂ ਆਹ ਵਾਲੀ ਸਾਈਡ, ਬੁਰਾ ਹਾਲ ਹੈ। ਹੁਣ ਪਤਾ ਨਹੀਂ, ਹਾਂ ਮੋਬਾਈਲ 'ਚ ਨਹੀਂ ਇੰਨੀ ਲੱਗ ਰਹੀ, ਸਹੀ ਗੱਲ ਹੈ, ਪਰ ਬਹੁਤ ਜ਼ਿਆਦਾ ਧੁੰਦ ਹੈ। ਉੱਪਰੋਂ ਦੀ ਉਹ ਪੈਰੀ ਹੈ, ਉਸ ਪੈਰੀ ਆ ਦੇਖੋ, ਸਾਰੀ ਸੜਕ ਗਿੱਲੀ ਹੈ ਬਹੁਤ ਜ਼ਿਆਦਾ, ਯਾਨੀ ਕਿ ਹੁਣ ਸਾਨੂੰ ਹੌਲੀ ਹੌਲੀ ਸੰਭਲ ਸੰਭਲ ਕੇ, ਫੜੀ 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 ਮੋਬਾਈਲ ਸੰਭਲ ਸੰਭਲ ਕੇ ਸੰਭਲ ਸੰਭਲ ਕੇ ਜਾਣਾ ਪੈ ਰਿਹਾ। ਐਡਵੈਂਚਰ ਰਾਈਡ ਹੋ ਗਈ ਸਾਡੀ ਸਵੇਰੇ ਸਵੇਰੇ, ਲੋਕੀ ਇਹ ਪਹਾੜਾਂ 'ਚ ਜਾਂਦੇ ਐਡਵੈਂਚਰ ਕਰਨਾ, ਇੱਥੇ ਦੇਖ ਲਓ ਪੰਜਾਬ 'ਚ ਐਡਵੈਂਚਰ ਹੋ ਰਿਹਾ। ਸਵੇਰੇ 7:00 ਦਾ ਟਾਈਮ ਹੈ, ਠੀਕ ਹੈ ਜੀ, ਨਹੀਂ ਹੁਣ 7:00 ਦਾ ਟਾਈਮ ਹੈ ਇਸ ਟਾਈਮ, ਅਤੇ ਦੇਖ ਲਓ ਹਾਲ ਦੇਖ ਲਓ, ਕੁਛ ਨਹੀਂ ਨਜ਼ਰ, ਹਾਂ ਇਹਦੇ 'ਚ ਨਹੀਂ ਇੰਨਾ ਨਜ਼ਰ ਆ ਰਿਹਾ, ਬਟ ਹੁਣ ਸਾਹਮਣੇ ਕੁਛ ਆ ਵੀ ਨਹੀਂ ਨਾ, ਗੱਡੀ ਦੇਖ ਨਹੀਂ ਰਹੀ, ਇਹ 'ਚ ਵੀ ਤਾਂ ਦੇਖ ਨਹੀਂ ਰਿਹਾ ਉਹਦੇ, ਆਹ ਦੇਖ ਉਹ ਦੇਖ। ਅਤੇ ਮੈਂ ਸੋਚਿਆ ਤੁਹਾਨੂੰ ਇੱਕ ਵਾਰੀ ਦਿਖਾ ਦਾ, ਦੇਖੋ ਮੇਰਾ ਮੂੰਹ ਸਾਰਾ ਪਾਣੀ ਨਾਲ ਭਿੱਜਿਆ ਪਿਆ, ਜੈਕਟ ਸਾਰੀ ਮੇਰੀ ਭਿੱਜ ਗਈ ਹੈ, ਇੰਨੀ ਜ਼ਿਆਦਾ ਔਸ ਪੈ ਰਹੀ ਹੈ, ਤੁਸੀਂ ਦੇਖ ਸਕਦੇ ਹੋ, ਆਹ ਦੇਖੋ ਇੰਨਾ ਜ਼ਿਆਦਾ ਐਡਵੈਂਚਰ ਕਰਕੇ ਅੱਜ ਜਾ ਰਹੇ। ਜਦੋਂ ਮਨਪ੍ਰੀਤ ਪਹਿਲਾਂ ਪੇਪਰ, ਜਿੰਨੇ ਵੀ ਪੇਪਰ ਹੋਏ, ਕਿੰਨੇ ਪੇਪਰ ਹੋਏ ਆ, 7 ਪੇਪਰ ਹੋਏ ਆ, ਦੇਖ ਲਓ ਧੁੱਪ ਚੜ੍ਹ ਜਾਂਦੀ ਸੀ, ਮਨਪ੍ਰੀਤ ਕਹਿ ਰਹੀ ਹੈ ਕਿ ਇਸ ਟਾਈਮ ਤੱਕ ਧੁੱਪ ਚੜ੍ਹ ਜਾਂਦੀ ਸੀ, ਅਤੇ ਆਹ ਦੇਖ ਲਓ, ਮਤਲਬ ਮੇਰੇ ਨਾਲ ਹੀ ਵੈਰ ਆ ਮੌਸਮ ਦਾ, ਬਹੁਤ ਜ਼ਿਆਦਾ ਮੇਰੀ ਅੱਖਾਂ 'ਤੇ ਉਸ ਵੀ ਉੱਪਰੋਂ ਦੀ ਕੁਝ ਦਿਖਾਈ ਨਹੀਂ ਦੇ ਰਿਹਾ, ਉਹ ਦੇਖੋ ਆਹ ਦੇਖੋ ਸਾਹਮਣੇ ਇੰਨੀ ਜ਼ਿਆਦਾ ਧੁੰਦ ਹੈ, ਇੰਨੀ ਸਲੋ ਜਾਣਾ ਪੈ ਰਿਹਾ। ਹੁਣ ਅਸੀਂ ਰਸਤੇ ਹੀ ਰੁਕੇ ਸੀ ਤੇ ਤੁਸੀਂ ਹਾਲਤ ਮਾੜੀ ਚੈੱਕ ਕਰੋ, ਆਹ ਦੇਖੋ ਪਹਿਲਾਂ ਮੇਰਾ ਸਾਰਾ ਹਾਲ, ਤੇ ਆਹ ਦੇਖੋ ਇੱਧਰ ਦੇਖੋ, ਆਹ ਦੇਖੋ ਬੂਟ। ਮਤਲਬ ਅਸੀਂ 2-3 ਵਾਰ
ਮਤਲਬ ਬੱਚਿਆਂ ਡਿੱਗਣ ਤੋਂ ਓਏ ਹੋਏ ਗੁਰੂ ਸ਼ੁਕਰ ਆ ਬ੍ਰੇਕ ਨਹੀਂ ਮਾਰੀ, ਨਹੀਂ ਤਾਂ ਬਹੁਤ ਭਿਆਨਕ ਐਕਸੀਡੈਂਟ ਹੋਣਾ ਸੀ ਆਪਣਾ, ਸੱਟ ਲੱਗ ਜਾਣੀ ਸੀ। ਹੋਰ ਯਾਰ ਆਹ ਦੇਖੋ ਧੁੰਦ ਦੇਖੋ ਕਿੰਨੀ ਪਈ ਹੋਈ ਹੈ, ਜ਼ੀਰੋ ਵਿਜ਼ੀਬਿਲਟੀ। ਆਪਾਂ ਟਰੱਕ ਆ ਰਹੇ ਆ ਐਡੇ ਵੱਡੇ, ਆਹ ਦੇਖੋ ਜ਼ੀਰੋ ਵਿਜ਼ੀਬਿਲਟੀ ਹੈ, ਮਤਲਬ ਆਹ ਦੇਖੋ ਇਹ ਆਹ ਦੇਖੋ ਬਿਲਕੁਲ ਕਲੋਜ਼ ਹੈ, ਆਹ ਦੇਖੋ ਬਹੁਤ ਜ਼ਿਆਦਾ ਧੁੰਦ ਆ ਬਹੁਤ ਜ਼ਿਆਦਾ। ਅਸੀਂ ਪਹੁੰਚ ਗਏ ਨਵਾਂ ਸ਼ਹਿਰ ਤੇ ਲਿਟਰਲੀ ਖਟੀਆ ਖੜੀ ਹੋਈ ਪਈ ਹੈ, ਇੰਨੀ ਜ਼ਿਆਦਾ ਠੰਡ ਲੱਗ ਰਹੀ ਹੈ ਕਿਉਂਕਿ ਭਿੱਜੇ ਪਏ ਆ, ਬੁਰਾ ਹਾਲ ਹੈ। ਹੁਣ ਕੋਲੇਜ ਇੱਥੋਂ ਥੋੜ੍ਹੀ ਕੀ ਦੂਰੀ ਦੇ ਹੈ ਪਰ ਬੈਂਡ ਵੱਜ ਗਈ ਹੈ, ਬੁਰੀ ਤਰ੍ਹਾਂ ਭਿੱਜ ਗਏ ਹੈਨਾ। ਬਹੁਤ ਜ਼ਿਆਦਾ ਯਾਰ ਐਡਵੈਂਚਰ ਐਡਵੈਂਚਰ ਐਡਵੈਂਚਰ। ਚਲੋ ਜੀ ਚਲੋ ਚਲੋ ਚਲੋ, ਹਾਂ ਸ਼ਕਲਾਂ ਆਪਣੀਆਂ ਕਸ਼ਮੀਰੀ ਸੇਵਰ ਕੀ ਹੋਈਆਂ ਵੀ ਹਾਂ। ਇਹ ਹੈ ਜੀ ਰੇਲਵੇ ਲਾਈਨ ਆਹ ਵਾਲੀ ਸਾਈਡ, ਅਤੇ ਇੱਥੋਂ ਥੋੜ੍ਹਾ ਜਿਹਾ ਅੱਗੇ ਇਹਦਾ ਕਾਲਜ ਹੈ, ਅਤੇ ਬਸ ਹੁਣ ਪਹੁੰਚਣ ਵਾਲੇ ਹੀ ਹਾਂ, ਧੁੰਦ ਹਾਲੇ ਵੀ ਨਹੀਂ ਉਤਰੀ ਹੈ। ਅਤੇ ਹੁਣ ਆਪਾਂ ਪਹੁੰਚ ਗਏ ਸੀ ਜੀ ਕਾਲਜ, ਅਤੇ ਮਨਪ੍ਰੀਤ ਲੈ ਰਹੀ ਹੈ ਆਪਣੀ ਰੀਡਿੰਗ, ਫਾਈਨਲ ਰੀਡਿੰਗ ਜਿਹੜੀ ਹੁੰਦੀ ਹੈ ਉਹ ਲੈ ਰਹੀ ਹੈ, ਅਤੇ ਉੱਦਾਂ ਹੀ ਅਸੀਂ ਐਂਟਰੀ ਕਰਵਾਈ ਗੇਟ ਤੋਂ, ਅਤੇ ਸਿੱਧਾ ਆਪਾਂ ਐਂਟਰ ਹੋ ਗਏ ਹਾਂ ਕਾਲਜ ਦੇ ਵਿੱਚ, ਅਤੇ ਹੁਣ ਮਨਪ੍ਰੀਤ ਪੇਪਰ ਦੇਣ ਜਾ ਰਹੀ ਹੈ ਜੀ। ਅਤੇ ਹੁਣ ਮਨਪ੍ਰੀਤ ਦੀ ਬਸ ਐਂਟਰੀ ਹੋਣ ਹੀ ਵਾਲੀ ਹੈ, ਪੇਪਰ ਸਟਾਰਟ ਹੋਣ ਵਾਲਾ, ਅਤੇ ਉਹਨੂੰ ਮੈਂ ਛੱਡ ਆਇਆ ਹੁਣ, ਹੁਣ ਮੈਨੂੰ ਵੇਟ ਕਰਨਾ ਪਏਗਾ ਇੱਕ ਦੋ ਘੰਟੇ, ਅਤੇ ਉਹ ਆਪਾਂ ਕਰ ਲਵਾਂਗੇ ਕੋਈ ਗੱਲ ਨਹੀਂ। ਠੀਕ ਹੈ ਜੀ ਹੁਣ ਆਪਾਂ ਬਾਹਰ ਵੇਟ ਕਰਦੇ ਹਾਂ, ਅਤੇ ਮਾੜਾ ਮੋਟਾ ਹੁਣ ਭੁੱਖ ਭੁੱਖ ਲੱਗੇਗੀ ਤਾਂ ਕੁਛ ਖਾ ਲਵਾਂਗਾ, ਅਤੇ ਬਾਕੀ ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗਦਾ। ਜਲਦੀ ਫ੍ਰੀ ਹੋ ਗਈ ਤਾਂ ਜਲਦੀ ਚਲ ਜਾਵਾਂਗੇ, ਨਹੀਂ ਤਾਂ ਫਿਰ ਵੇਟ ਕਰਨੀ ਪਏਗੀ। ਠੀਕ ਹੈ ਜੀ ਘੁੰਮ ਰਿਹਾ ਗਰਾਊਂਡ ਦੇ ਵਿੱਚ, ਅਤੇ ਕ੍ਰਿਕਟ ਦਾ ਬਹੁਤ ਸੋਹਣਾ ਗਰਾਊਂਡ ਬਣਿਆ ਹੋਇਆ, ਅਤੇ ਆਹ ਇਹਦੀ ਪਿੱਚ ਬਣੀ ਹੋਈ ਹੈ, ਆਹ ਦੇਖੋ ਇੱਟਾਂ ਲਾਈਆਂ ਹੋਈਆਂ, ਵਿਕਟਾਂ ਐਂ ਨਹੀਂ ਇੱਟਾਂ ਹੀ ਲਾਈਆਂ ਹੋਈਆਂ, ਅਤੇ ਧੁੰਦ ਕਰਕੇ ਕੁਛ ਵੀ ਮਤਲਬ ਨਜ਼ਰ ਨਹੀਂ ਆ ਰਿਹਾ।
ਬਾਹਰ ਹੀ ਖੜ੍ਹਾ ਜੀ। ਇਹਨੂੰ ਦਾਲ ਪਾਈ ਸੀਗੀ, ਪੂੰਛ ਲਾ ਰਿਹਾ, ਬਟ ਇਹਨੇ ਦਾਲ ਖਾਧੀ ਨਹੀਂ। ਦਾਲ ਐਂਡ ਛੋਲੇ ਮੈਨੂੰ ਦਿਮਾਗ 'ਚੋਂ ਨਿਕਲ ਗਏ ਸੀ ਵੀ ਇਹ ਖਾਂਦੇ ਨਹੀਂ ਹੈਗੇ ਵਿਚਾਰੇ, ਕਊਏ ਗੇੜਾ ਹੀ ਮਾਰ ਰਹੇ ਆ, ਬਟ ਇਹ ਖੜ੍ਹਾ ਹੋਇਆ ਉਹਦੇ ਕਰਕੇ ਆ ਨਹੀਂ ਰਹੇ, ਨਹੀਂ ਤਾਂ ਉਹਨਾਂ ਨੇ ਖਾ ਹੀ ਲੈਣਾ ਇਹ। ਸੋ ਜੀ ਹੁਣ ਮਨਪ੍ਰੀਤ ਫਾਈਨਲੀ ਪੇਪਰ ਦੇ ਕੇ ਆ ਚੁੱਕੀ ਹੈ। ਕਿੱਦਾਂ ਦਾ ਹੋਇਆ ਪੇਪਰ ਵੈਸੇ, ਮੈਂ ਪੁੱਛਣਾ ਭੁੱਲ ਗਿਆ। ਬਹੁਤ ਵਧੀਆ। ਅੱਛਾ ਗ੍ਰੇਟ, ਕੀ ਬਾਤ ਹੈ, ਸਪੈਸ਼ਲ ਵਧੀਆ ਲੱਗ। ਅੱਛਾ ਵੈਰੀ ਗੁੱਡ, ਸ਼ਾਬਾਸ਼। ਇੱਧਰੋਂ ਦੀ ਆਓ, ਇੱਧਰੋਂ ਦੀ। ਤੇ ਆਹ ਕੇਕ ਮੈਂ ਮਨਪ੍ਰੀਤ ਵਾਸਤੇ ਵੀ ਲਿਆਇਆ ਸੀ ਆਪਣੇ ਵਾਸਤੇ, ਮੈਂ ਤਾਂ ਖਾ ਲਿਆ। ਜੂਸ ਫੜ ਮਨਪ੍ਰੀਤ, ਜੂਸ ਠੀਕ ਹੈ ਜੀ। ਅਤੇ ਮੈਂ ਉਹ ਉੱਥੇ ਬੈਠਾ ਸੀਗਾ ਮਨਪ੍ਰੀਤ, ਉਹ ਜਿਹੜੀ ਉਹ ਫੱਟੀ ਹੈ ਨਾ ਉਹ ਵਾਲੀ, ਉੱਥੇ ਬੈਠਾ ਸੀਗਾ। ਉੱਥੇ ਕੁੱਤੇ ਆ ਗਏ, ਫਿਰ ਮੈਂ ਉੱਧਰ ਜਾ ਕੇ ਉਹ ਉੱਧਰ ਬਹਿ ਗਿਆ, ਉੱਥੇ ਸਾਡੇ ਦੋ ਕੁੱਤੇ ਆ ਗਏ, ਉਹ ਸਾਡੇ ਮੇਰੇ ਮਗਰ ਪੈ ਗਏ। ਹੈਂ, ਮੈਂ ਮਾਰ ਕੇ ਬੋਤਲ ਬੋਤਲ ਭਜਾਇਆ, ਫਿਰ ਮੈਂ ਉੱਥੇ ਬੈਠਾ ਬਾਹਰ ਆ ਕੇ, ਫਿਰ ਮਗਰ ਆ ਜਾਣੀ ਯਾਰ। ਉਹਨਾਂ ਪਤਾ ਕਿਉਂ ਮਗਰ ਆ ਰਹੇ ਸੀ, ਮੇਰੇ ਕੋਲ ਕੇਕ ਸੀ ਆਹ ਸੀ, ਉਹਦੇ ਕਰਕੇ ਯਾਰ ਬਹੁਤ ਦੁਖੀ ਕੀਤਾ ਉਹਨਾਂ ਨੇ ਯਾਰ। ਬਹੁਤ ਔਖਾ ਟਾਈਮ ਕੱਢੇ 2 ਘੰਟੇ। ਅਤੇ ਹੁਣ ਆਪਾਂ ਚੱਲਦੇ ਹਾਂ ਹੈ ਨਾ, ਅਤੇ ਚੱਲ ਕੇ ਆਪਾਂ ਖਾਂਦੇ ਹਾਂ ਛੋਲੇ ਸਮੋਸੇ, ਠੀਕ ਹੈ ਜੀ। ਅਤੇ ਫਾਈਨਲੀ ਹੁਣ ਆਪਾਂ ਪਹੁੰਚ ਗਏ ਹਾਂ ਜੀ ਛੋਲੇ ਸਮੋਸੇ ਵਾਲੀ ਦੁਕਾਨ 'ਤੇ, ਅਤੇ ਹੁਣ ਆਪਾਂ ਇਹਦੇ ਛੋਲੇ ਸਮੋਸੇ ਖਾਵਾਂਗੇ, ਅਤੇ ਭੁੱਖ ਨੂੰ ਮਿਟਾਵਾਂਗੇ, ਅਤੇ ਕਿੱਕਲੀਆਂ ਪਾਵਾਂਗੇ, ਅਤੇ ਫਿਰ ਅੱਗੇ ਜਾਵਾਂਗੇ, ਠੀਕ ਹੈ ਨਾ। ਇੱਕ ਇੱਕ ਸਮੋਸਾ ਕਿ ਦੋ ਦੋ ਖਾਣੇ ਆ? ਚੱਲ ਇੱਕ ਇੱਕ ਬਹੁਤ ਹੈ ਨਾ। ਉਹ ਆਪਾਂ ਉਹ ਖਾ ਲਏ ਸੀ ਨਾ, ਬ੍ਰੈਡ ਜੇ ਖਾ ਲਏ ਸੀਗੇ, ਉਹਦੇ ਕਰਕੇ ਭੁੱਖ ਮਿਟ ਗਈ ਆ, ਤਾਂ ਕਰਕੇ ਹੁਣ ਇੱਕ ਇੱਕ ਸਮੋਸਾ ਖਾਂਦੇ ਹਾਂ, ਤਾਂ ਫਿਰ ਅੱਗੇ ਵੱਧਦੇ ਹਾਂ। ਲਓ ਜੀ ਆ ਗਏ ਛੋਲੇ ਸਮੋਸੇ, ਪਿਆਜ਼ ਪਾਇਆ ਭਰ ਕੇ, ਦਹੀਂ, ਛੋਲੇ। ਅਤੇ ਆਪਾਂ ਜੀ ਹੁਣ ਇੱਥੇ ਰੁਕੇ ਸੀਗੇ ਕਿਉਂਕਿ ਥਕਾਵਟ ਹੋ ਜਾਂਦੀ ਹੈ ਬਾਈਕ 'ਤੇ, ਇਸ ਕਰਕੇ ਥੋੜ੍ਹਾ ਥੋੜ੍ਹਾ ਰੁਕ ਰੁਕ ਕੇ ਆਰਾਮ ਕਰਕੇ ਫਿਰ ਅੱਗੇ ਵਧੀਦਾ। ਅਤੇ ਹੁਣ ਆਹ ਦੇਖੋ ਬਹੁਤ ਹੀ ਖੂਬਸੂਰਤ ਲੋਕੇਸ਼ਨ ਹੈ ਜਿੱਥੇ ਆਪਾਂ ਰੁਕੇ ਹਾਂ, ਆਹ ਦੇਖੋ। ਅਤੇ ਹੁਣ ਅਸੀਂ ਜਾ ਰਹੇ ਜੀ ਜੰਗਲ ਦੇ ਵਿੱਚੋਂ ਦੀ, ਉਹ ਸ਼ਿਕਾਰੀ ਆ ਗਿਆ ਸਾਹਮਣੇ, ਪੈ ਨਾ ਜਾਵੇ ਹੈ ਨਾ। ਓਏ 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 ਉਹ ਭਰਾਵਾ ਪੈ ਨਾ ਜਾਈ, ਓਏ ਨਹੀਂ ਪਿਆ ਨਹੀਂ ਪਿਆ। ਹੁਣ ਜੰਗਲ ਦੇ ਵਿੱਚੋਂ ਦੀ ਜਾ ਰਹੇ ਹਾਂ ਜੀ, ਕਾਫੀ ਜ਼ਿਆਦਾ ਖੂਬਸੂਰਤ ਅਤੇ ਖਤਰਨਾਕ ਇਹ ਰਸਤਾ, ਕੋਈ ਅਤੇ ਡਰ ਵੀ ਲੱਗਦਾ ਮਾੜਾ ਮਾੜਾ, ਪਰ ਮਜ਼ਾ ਵੀ ਆਉਂਦਾ ਹੈ ਨਾ ਮਨਪ੍ਰੀਤ, ਡਰ ਵੀ ਲੱਗਦਾ ਥੋੜ੍ਹਾ ਥੋੜ੍ਹਾ, ਬਟ ਮਜ਼ਾ ਵੀ ਆਉਂਦਾ ਥੋੜ੍ਹੀ ਜਿਹੀ। ਆਹ ਦੇਖੋ ਜੰਗਲ ਦੇ ਵਿੱਚੋਂ ਦੀ ਲੰਘ ਕੇ ਜਾਂਦਾ ਟ੍ਰੇਨ, ਹਾਂ ਅੱਛਾ, ਹਾਂ ਮੋਰ ਤਾਂ ਕਾਫੀ ਜ਼ਿਆਦਾ ਨੇ ਇੱਥੇ, ਉਹ ਜੰਗਲਾਤ ਮਹਿਕਮੇ ਵਾਲੇ, ਜੰਗਲਾਤ ਮਹਿਕਮੇ ਵਾਲੇ ਵੀ ਹੈਗੇ ਜਿਹੜੇ ਲੱਕੜਾ ਲੁੱਕੜਾ ਫੜਦੇ ਆ, ਉਹ ਵੀ ਹੈਗੇ ਇੱਥੇ। ਕਾਫੀ ਹੋਰ ਦੁਨੀਆ ਦੇਖੋ ਲੰਘ ਕੇ ਜਾਂਦੀ ਹੈ ਰਸਤੇ ਤੋਂ, ਵੈਸੇ ਤਾਂ ਰਸਤਾ ਆਉਣ ਜਾਣ ਨੂੰ ਹੀ ਬਣਿਆ, ਬਟ ਬਹੁਤ ਘੱਟ ਲੋਕ ਆਉਂਦੇ ਆ ਇੱਧਰੋਂ, ਸਾਰਾ ਜੰਗਲ ਹੈ, ਸਾਰਾ ਜੰਗਲ ਸੁੱਕਾ ਪਿਆ, ਪੇੜ ਡਿੱਗੇ ਪਏ ਆ,